ਉਰੇ ਸਾਨੂੰ ਫੋਨ ਮਿਲਿਆ 2 ਘੰਟਿਆਂ 'ਚ, 2 ਘੰਟੇ ਅਸੀਂ ਇੰਨੀਆਂ ਦੁਕਾਨਾਂ 'ਤੇ ਫਿਰੇ ਨਾ, ਉਹ ਹੋ ਗਈ ਸਾਡੀ ਡਿਬੇਟ ਹੋ ਗਈ ਮੇਰੀ ਅਤੇ ਹੈਰੀ ਦੀ, ਮੇਰੇ ਹੋਰ ਮਾਡਲ ਪਸੰਦ ਆ ਗਿਆ, ਹੈਰੀ ਦੇ ਹੋਰ ਮਾਡਲ ਪਸੰਦ ਆ ਗਿਆ। ਸੈਟਿਸਫਾਈਆਂ ਕੀ ਕਰਨਾ ਕੋਲ ਹੈਗੀ ਨੀ ਤੇਰੇ ਵਰਗੇ ਕੁਛ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ, ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਵੈਲਕਮ ਜੀ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ, ਅਤੇ ਮੈਂ ਤਾਂ ਹੈਰੀ ਘਰੋਂ ਆਇਆ ਹੁਣੇ ਹੁਣੇ ਐਸੇ ਟਾਈਮ, ਅਤੇ ਹੈਰੀ ਗਿਆ ਹੈਗਾ ਉੱਥੇ ਸਾਹਮਣੇ ਏਟੀਐਮ ਕਾਰਡ ਆ, ਏਟੀਐਮ ਮਸ਼ੀਨ ਆ, ਸੋਰੀ ਉੱਥੇ ਗਿਆ ਹੋਇਆ ਏਟੀਐਮ ਮਸ਼ੀਨ 'ਤੇ, ਅਤੇ ਪੈਸੇ ਕਢਵਾਉਣ ਗਿਆ ਗਿਆ ਹੈਰੀ। ਹੁਣ ਅਸੀਂ ਜਾ ਰਹੇ ਸੀ ਸ਼ਹਿਰ ਨੂੰ, ਹੈਰੀ ਨੂੰ ਨਵਾਂ ਮੋਬਾਈਲ ਦਿਵਾਉਣਾ ਗਾ, ਤੁਸੀਂ ਟਾਈਟਲ ਦੇ ਵਿੱਚ ਪੜ੍ਹ ਲਿਆ ਹੋਣਾ ਗਾ, ਅਤੇ ਦੇਖਦੇ ਹਾਂ ਜਾ ਕੇ ਵੀ ਕਿਹੜਾ ਮੋਬਾਈਲ ਪਸੰਦ ਆਉਂਦਾ ਗਾ, ਅਤੇ ਦੱਸਦੇ ਆ ਵੀ ਮੋਬਾਈਲ ਕਿਉਂ ਲੈ ਰਿਹਾ ਹੈਗਾ ਹੈਰੀ ਹੁਣ ਨਵਾਂ। ਵੈਸੇ ਤਾਂ ਹੈਰੀ ਕੋਲ ਹੈਗਾ ਮੋਬਾਈਲ, ਅਤੇ ਅੱਗੇ ਜਾ ਕੇ ਕਰਦੇ ਹਾਂ ਗੱਲਾਂ ਬਾਤਾਂ। ਬਸ ਹੁਣ ਛੇਤੀ ਛੇਤੀ ਚੱਲੀਏ ਆਪਾਂ ਸ਼ਹਿਰ ਨੂੰ, ਹੈ ਨਾ। 3 ਜਾਣੀ ਹੋਵਾਂਗੇ ਅਸੀਂ, ਮੈਂ, ਹੈਰੀ ਅਤੇ ਉਹ ਮੁੰਡਾ ਨੁੰਨੀ ਦੁੱਗਰੀ ਵਾਲਾ ਜਿਹਨੂੰ ਤੁਸੀਂ ਜਾਣਦੇ ਹੋ, ਅਤੇ ਉਮਰੇ ਕੋਲੇ ਨੇ 1-2 ਦੁਕਾਨਾਂ ਜਿਹਤੋਂ ਅਸੀਂ ਪਹਿਲਾਂ ਮੋਬਾਈਲ ਲੈਂਦੇ ਹੁੰਦੇ ਹਾਂ, ਅਤੇ ਉਹਦੇ 'ਤੇ ਲਵਾਂਗੇ ਆਪਾਂ। ਜਾਂ ਫਿਰ ਇੱਥੇ ਰੁੜਕੀ ਦੁਕਾਨ ਹੈਗੀ ਆ ਅਕਾਲ ਮੋਬਾਈਲ ਸ਼ੋਪ, ਅਤੇ ਇੱਥੇ ਆ ਪਿੱਛੇ ਦੁਕਾਨ ਆ ਇੱਥੇ ਸਾਡੇ, ਉਹ ਉੱਥੇ ਸਾਹਮਣੇ ਆ, ਉਹ ਤੁਸੀਂ ਦੇਖਦੇ ਹੋਵੋਗੇ, ਅਤੇ ਉਹਦੇ ਨੂੰ ਦੇਖਦੇ ਹਾਂ। 4-5 ਕੁ ਮੋਬਾਈਲ ਨੇ ਜਿਹੜੇ ਦੇਖਦੇ ਆ, ਬਾਕੀ ਇੱਕ ਮੇਰਾ ਮੈਂ ਫਾਈਨਲ ਕਰਿਆ ਹੋਇਆ ਹੈਗਾ ਮੈਂ ਆਪਣੇ ਦਿਮਾਗ ਦੇ ਵਿੱਚ ਵੀ ਆਹ ਵਾਲਾ ਮੋਬਾਈਲ ਸੈੱਟ ਆ, ਨਾਲੇ ਜ਼ਿਆਦੇ ਜਾਣੀ ਕਿ ਠੀਕ ਆ, ਬਜਟ ਵੀ ਠੀਕ ਆ, ਮੋਬਾਈਲ ਦਾ ਬਜਟ ਵੀ ਹੈਗਾ ਸਾਡੇ 'ਚ, ਅਤੇ ਮੋਬਾਈਲ ਵੀ ਠੀਕ ਲੱਗਿਆ। ਅਤੇ ਬਾਕੀ ਜੇ ਹੈਰੀ ਦੇ 1-2 ਮੋਬਾਈਲ ਹੋਰ ਦਿਖਾ ਦਾਂਗੇ ਜਿਹਨੂੰ ਹੋਰ ਕੀ ਪਸੰਦ ਆਇਆ, ਹੋਰ ਕੀ ਮਾਡਲ ਤਾਂ ਹੋਰ ਕੀ ਲੈ ਲਾਂਗੇ। ਹੁਣ ਸ਼ਹਿਰ ਜਾ ਕੇ ਦੇਖਦੇ ਹਾਂ ਵੀ ਕਿਹੜੀ ਕਿਹੜੇ ਮੋਬਾਈਲ ਆਪਾਂ ਦੇਖਦੇ ਹਾਂ, ਕਿਹੜੇ ਕਿਹੜੇ ਪਸੰਦ ਆਉਂਦੇ ਨੇ, ਅਤੇ ਆਪਾਂ ਜ਼ਿਆਦਾ ਕੋਈ ਮਹਿੰਗਾ ਮੋਬਾਈਲ ਨਹੀਂ ਲੈਣਾ। ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਜ਼ਿਆਦਾ ਜਿਵੇਂ ਕਿ ਆਪਾਂ ਕੋਈ ਜ਼ਿਆਦਾ ਕੋਈ ਮਹਿੰਗਾ ਆਈਫੋਨ ਵਗੈਰਾ ਨਹੀਂ ਲੈਣਾ ਹੈਗਾ, ਆਈਫੋਨ ਤੁਹਾਨੂੰ ਪਤਾ ਹੀ ਆ ਮਹਿੰਗੇ ਹੁੰਦੇ ਨੇ, ਐਂਡਰਾਇਡ ਮੋਬਾਈਲ ਹੀ ਲੈਣਾ, ਅਤੇ ਹੈਰੀ ਸ਼ੁਰੂ ਤੋਂ ਐਂਡਰਾਇਡ ਮੋਬਾਈਲ ਹੀ ਯੂਜ਼ ਕਰਦਾ ਗਾ। ਅਤੇ ਅੱਗੇ ਜਾ ਕੇ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਹੜੇ ਕਿਹੜੇ ਮਾਡਲ ਅਸੀਂ ਦੇਖੇ ਨੇ ਅੱਜ ਮੋਬਾਈਲ ਦੇ, ਕੀ ਦੇਖੇਗਾ ਅਤੇ ਕਿੰਨੇ ਕਿੰਨੇ ਦੇ ਹੈਗੇ ਨੇ, ਕੀ ਉਹਦੇ ਫੀਚਰ ਨੇ ਸਾਰੇ, ਹੈ ਨਾ। ਅਤੇ ਚਲੋ ਹੁਣ ਸਿੱਧਾ ਤੁਹਾਨੂੰ ਮੇਰੇ ਕੋਲੇ ਜਾ ਕੇ ਮਿਲਦੇ ਹਾਂ ਫਿਰ ਹੁਣ ਆਪਾਂ, ਹੈ ਨਾ, ਸ਼ਹਿਰ ਜਾ ਕੇ ਮਿਲਦੇ ਹਾਂ ਹੁਣ ਤੁਹਾਨੂੰ ਸਿੱਧਾ ਜਾ ਕੇ ਆਪਾਂ, ਹੁਣ ਬਸ ਜਾਂਦੇ ਹੋਏ ਹੁਣ ਆਪਾਂ ਮੁੰਡੇ ਨੂੰ ਬਿਠਾ ਲਈ ਨੀ ਨੂੰ ਰਸਤੇ ਤੋਂ, ਅਤੇ ਲੋ ਬਸ ਹੈਰੀ ਵੀ ਆ ਗਿਆ, ਪੈਸੇ ਕਢਾ ਲਿਆ ਆ, ਅਤੇ ਚਲੋ ਚੱਲਦੇ ਹਾਂ ਫਿਰ, ਬਣੇ ਰਹੋ ਵਲੌਗ ਦੇ ਨਾਲ ਆਪਣੇ ਨਾਲ। ਪੁੱਛਦੇ ਆ ਨਿਕਲ ਗਏ, ਚਲ ਆ ਜਾ ਬੈਠ। ਵਧੀਆ, ਹੁਣ ਅਸੀਂ ਰੁਕੇ ਤੇਲ ਪਾਉਣ, ਅਤੇ ਪੈਟਰੋਲ ਪੰਪ 'ਤੇ ਆਏ ਇਸ ਟਾਈਮ ਹੁਣ ਅਸੀਂ। ਨੰਨੀ ਸੀ ਯਾਰੀ, ਕੀ ਕਹਿੰਦੇ? ਪਹਿਲਾਂ ਵਧੀ ਖੜਾ। ਅੱਛਾ, ਅਤੇ ਅਸੀਂ ਦੇਖ ਕੇ ਆਏ ਸੀ ਰੁੜਕੀ ਮੋਬਾਈਲ ਦੇਖ ਕੇ ਆਏ ਸੀ, ਜਿਹੜੀ ਨਵੇਂ ਮਾਰਕੀਟ ਆ ਸਾਡੇ, ਅਤੇ ਉੱਥੇ 12-13 ਕੁ ਹਜ਼ਾਰ ਤੱਕ ਦੇ ਬਹੁਤ ਵਧੀਆ ਮੋਬਾਈਲ ਸੀ, 15,000 ਤੱਕ ਵੀ ਸੀ ਵਧੀਆ, ਪਰ ਜਿਹੜਾ ਮਾਡਲ ਮੇਰੇ ਪਸੰਦ ਆ ਉਹ 4-64 ਦੇ ਵਿੱਚ ਸੀ, ਹੈ ਨਾ। ਅਤੇ ਉਹ 4-64 ਸੀ, ਆਪਾਂ ਲੈਣਾ ਗਾ 6-128 ਮਿਲੇ, ਜਾਂ ਫਿਰ 8-128 ਹੋ ਗਿਆ, ਜਾਂ 256-64 ਨਹੀਂ ਲੈਣਾ ਹੈਗਾ, ਹੈ ਨਾ। 64 ਪਹਿਲਾਂ ਸੀ ਐਰੀ ਕੋਲ, 64 ਹੈਂਗ ਹੋਣ ਲੱਗ ਜਾਂਦਾ ਗਾ, ਯਾਨੀ ਕਿ ਸਟੋਰੇਜ ਜ਼ਿਆਦਾ ਵੱਧ ਜਾਂਦੀ ਆ। ਅਤੇ ਬਾਕੀ ਗਾਹਾਂ ਹੁਣ ਦੇਖਦੇ ਹਾਂ, ਸ਼ਹਿਰ ਨੂੰ ਚੱਲਦੇ ਹਾਂ, ਉੱਥੇ ਜਾ ਕੇ ਦੇਖਦੇ ਹਾਂ ਅਸੀਂ। ਚਲੋ ਜੀ, ਬਿਠਾ ਲਿਆ ਮੁੰਡੇ ਨੂੰ, ਚੱਲੀਏ ਫਿਰ ਮੋਬਾਈਲ। ਅਸੀਂ ਪਹੁੰਚ ਗਏ ਹੁਣ ਬਰੇਕ ਕੋਲੇ,
ਤੇ ਇੱਥੇ ਦੋ ਤਿੰਨ ਦੁਕਾਨਾਂ ਨੇ, ਗੋਲਡਨ ਵਾਲੇ ਨੇ, ਇੱਥੇ ਜੈਨ ਵਾਲੇ ਨੇ, ਹੈ ਨਾ, ਉਹਨਾਂ ਨੂੰ ਪਤਾ ਕਰਦੇ ਆ। ਵੈਸੇ ਲਵਾਂਗੇ ਸ਼ਾਇਦ ਅਸੀਂ ਉਹ ਦੁਕਾਨ ਤੋਂ ਹੀ, ਜਿਹੜੀ ਦੁਕਾਨ ਤੋਂ ਅਸੀਂ ਹਰ ਵਾਰ ਲੈਂਦੇ ਹਾਂ, ਜਿਹੜਾ ਮੇਰੇ ਫੋਨ ਤੋਂ ਤੁਸੀਂ ਵੀਡੀਓ ਦੇਖਦੇ ਹੋ, ਇਹ ਵੀ ਇਸੇ ਮੋਬਾਈਲ ਦੁਕਾਨ ਤੋਂ ਲਿੱਤਾ ਸੀ, ਜਿਹੜੀ ਹੁਣ ਸਾਡੇ ਸਾਹਮਣੇ ਆ, ਉੱਥੇ ਸਾਹਮਣੇ ਆ, ਤੇ ਹੈਰੀ ਵਾਲਾ ਵੀ ਉਹਦੇ 'ਤੇ ਲਵਾਂਗੇ। ਵੈਸੇ ਆਪਾਂ ਰੇਟ ਪਤਾ ਕਰਦੇ ਹਾਂ, ਜਿਹੜਾ ਮਾਡਲ ਅਸੀਂ ਲੈਣਾ ਗਾ, ਵੀ ਰੇਟ ਦੇਖਦੇ ਹਾਂ ਕੀ ਕੀ ਕੰਪੈਰੀਜ਼ਨ ਕਰਦੇ ਹਾਂ ਥੋੜ੍ਹਾ ਜਿਹਾ, ਵੀ ਕੀ ਕੀ ਰੇਟ ਮਿਲਦਾ, ਕਿਉਂਕਿ ਕਈਆਂ ਦੇ ਜ਼ਿਆਦਾ ਹੁੰਦਾ, ਕਈਆਂ ਦੇ ਘੱਟ ਹੁੰਦਾ ਗਾ, ਕਿਸੇ ਦੇ 64 GB ਹੋਊਗਾ, ਕਈ ਦੇ ਕਿਸੇ ਦੇ ਹੁੰਦਾ ਗਾ 128 ਹੋਊਗਾ। ਆਪਾਂ ਨੂੰ 128 ਹੀ ਚਾਹੀਦਾ, 4 ਤੇ 64 ਨਹੀਂ ਚਾਹੀਦਾ। ਤੇ ਚਲੋ ਦੇਖਦੇ ਹਾਂ, ਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਹੜਾ ਫੋਨ ਲੈਂਦੇ ਹਾਂ, ਹੈ ਨਾ। ਬਾਕੀ ਹੋਰ ਵੀ ਦੇਖਾਂਗੇ, ਜਿਹੜਾ ਮਾਡਲ ਪਸੰਦ ਆ ਉਹਦਾ ਪਸੰਦ ਆ, ਬਾਕੀ ਉਹ ਤੋਂ ਬਿਨਾਂ ਹੋਰ ਵੀ ਦੇਖਾਂਗੇ ਆਪਾਂ ਕਿਹੜੇ ਕਿਹੜੇ ਲੈਣੇ ਆ। ਚਲੋ ਹੁਣ ਚੱਲਦੇ ਹਾਂ ਬਾਹਰ, ਫਿਰ ਦਿਖਾਉਂਦੇ ਤੁਹਾਨੂੰ ਕਿਹੜਾ ਪਸੰਦ ਆ। ਹੈਰੀ ਬਹੁਤ ਔਖਾ ਲਿੱਤਾ ਇਹਦੀ, ਹੈਂ, ਇਹੀ ਪਸੰਦ ਆਇਆ ਪੱਤਰ, ਉਹ ਤਾਂ ਹੋਰ ਕਿਸੇ ਦਾ ਜਵਾਬ ਹੋਣਾ ਧਿਆਨ ਦਿੰਦਾ। ਬਹੁਤ ਜ਼ਿਆਦਾ ਕਨਫਿਊਜ਼ਨ ਹੋਈ ਸਾਨੂੰ ਖਰੀਦਣ ਵੇਲੇ, ਦੋ ਤਿੰਨ ਸੈੱਟ ਦੇਖੇ ਸੀ ਜਿਹੜੇ ਪਸੰਦ ਆ ਗਏ ਸੀ, ਅਤੇ ਜਿਹੜਾ ਹੁਣ ਹੈਰੀ ਨੂੰ ਫਾਈਨਲੀ ਪਸੰਦ ਆ ਉਹੀ ਲਿੱਤਾ, ਜਿਹੜਾ ਘਰੋਂ ਘਰ ਦੀ ਪਸੰਦ ਹੈ, ਹੈ ਨਾ ਹੈਰੀ, ਸੈਟਿਸਫਾਈਆਂ। ਲੋਈ ਲਿਆਂਦਾ ਮੁੰਡੇ ਨੇ ਫੋਨ, ਅਸੀਂ ਇੱਥੇ 4-5 ਦੁਕਾਨਾਂ ਤੇ ਸਾਰੀਆਂ ਤੇ ਗਏ ਅਸੀਂ ਉਰੇ, ਤੇ ਉਹ ਸਾਹਮਣੇ ਵੀ ਦੁਕਾਨ ਆ ਇੱਕ, ਤੇ ਉਸ ਪਿੱਛੇ ਨੇ ਦੁਕਾਨਾਂ, ਉੱਥੇ ਕਾਫੀ ਤੇ ਗਏ, ਤੇ ਹੁਣ ਇਹਦੇ ਜਿਹੜਾ ਅਸੀਂ ਘਰੋਂ ਪਸੰਦ ਕਰਕੇ ਅਸੀਂ ਮਾਡਲ ਉਹੀ ਲਿੱਤਾ ਗਾ ਅਸੀਂ, ਤੇ ਉਰੇ ਆ ਕੇ ਵੈਸੇ ਅਸੀਂ ਕਨਫਿਊਜ਼ ਹੋ ਗਏ ਸੀ, ਦੋ ਤਿੰਨ ਸੈੱਟ ਦਿਖਾਏ ਵੀਰੇ, ਦੋ ਤਿੰਨ ਮਾਡਲ ਦਿਖਾਏ ਸਾਨੂੰ, ਸੈਮਸੰਗ ਦਾ ਸੀ, ਰੀਅਲਮੀ ਦਾ ਸੀ, MI ਦਾ ਸੀ, ਤੇ ਉੱਥੇ ਆ ਕੇ ਕਨਫਿਊਜ਼ ਹੋ ਗਿਆ ਇਹ। ਫਿਰ ਅਸੀਂ ਦੁਬਾਰੇ ਕਾਰ 'ਚ ਆਏ, ਬੈਠੇ ਸੀ, ਸਲਾਹ ਮਸ਼ਵਰਾ ਕੀਤਾ ਦੁਬਾਰੇ ਵੀ ਕਿਹੜਾ ਕਿਹੜਾ ਬੈਨੀਫਿਟ 'ਚ ਆਪਾਂ ਨੂੰ ਲੈਣ 'ਚ ਕਿਹੜਾ ਫਾਇਦਾ 'ਚ ਪੈਂਦਾ ਗਾ, ਅਤੇ ਮੈਨੂੰ ਹੋਰ ਪਸੰਦ ਸੀ ਹੈਰੀ ਨੂੰ ਉਹੀ ਪਸੰਦ ਸੀ ਜਿਹੜਾ ਹੈਰੀ ਨੇ ਘਰੋਂ ਹੀ ਫਾਈਨਲ ਕੀਤਾ ਹੋਇਆ ਸੀ ਕਿ ਮੈਂ ਇਹੀ ਲੈਣਾ ਜਾ ਕੇ। ਮੈਨੂੰ ਇੱਥੇ ਆ ਕੇ ਸੈਮਸੰਗ ਦਾ ਪਸੰਦ ਆ ਗਿਆ ਸੀ, ਅਤੇ ਹੁਣ ਆਪਾਂ ਇਹਦੀ ਬਸ ਅਨਬੋਕਸਿੰਗ ਕਰਾਂਗੇ ਘਰ ਜਾ ਕੇ, ਤੁਹਾਨੂੰ ਦਿਖਾਵਾਂਗੇ ਵੀ ਕਿਹੜਾ ਸੈੱਟ ਕਿਹੜਾ ਫੋਨ ਲਿੱਤਾ ਗਾ। ਹਾਲੇ ਤੱਕ ਤੁਹਾਨੂੰ ਆਪਾਂ ਕੁਛ ਨਹੀਂ ਦੱਸਿਆ ਵੀ ਕਿਹੜਾ ਫੋਨ ਲਿੱਤਾ ਹੈਰੀ ਨੇ, ਮੈਂ ਲੈ ਲਿਆ, ਅਤੇ ਇਹ ਲਿੱਤਾ ਗਾ ਗੋਲਡਨ ਵਾਲਿਆਂ ਦੇ, ਇੱਥੇ ਆ ਲਾਲ ਬਾਣੀਏ ਕੋਲ ਜਿਹਨਾਂ ਨੂੰ ਪਤਾ ਮਰੇਲਕੋਟ ਲਈ, ਅੱਗੇ ਜਿਹੜੀ ਦੁਕਾਨ ਉਹਦੀ ਵੱਡੀ ਸਾਰੀ ਸ਼ੋਪ ਆ, ਅਤੇ ਇਹ ਗੋਲਡਨ ਕਾਲਜ ਰੋਡ ਮਲੇਰਕੋਟ ਆ, ਇਹਨਾਂ ਤੋਂ ਲਿੱਤਾ ਅਸੀਂ, ਅਤੇ ਹੁਣ ਕੁਛ ਖਾਂਦੇ ਪੀਂਦੇ ਹਾਂ, ਪਾਰਟੀ ਕਰਦੇ ਹਾਂ, ਛੋਟੀ ਜਿਹੀ ਫੋਨ ਲਿੱਤੇ ਵੀ, ਅਤੇ ਫਿਰ ਤੁਹਾਨੂੰ ਦਿਖਾਉਂਦੇ ਕਿਹੜਾ ਫੋਨ ਲਿੱਤਾ ਗਾ ਆਪਾਂ, ਦੱਸਦੇ ਹਾਂ। ਹੈਰੀ ਸਵੇਰ ਦਾ ਘਰੋਂ ਭੁੱਖਾ ਹੀ ਆਇਆ ਸੀ, ਅਸੀਂ ਘਰੋਂ ਤੁਰੇ ਸੀ 10:30 ਤੁਰਪੇ ਸੀ ਅਸੀਂ ਘਰੋਂ, 10:30 ਤੁਰੇ ਸੀ ਅਸੀਂ ਘਰੋਂ, ਅਤੇ ਹੈਰੀ ਸਵੇਰ ਦਾ ਘਰੋਂ ਭੁੱਖਾ ਹੀ ਆਇਆ ਸੀ ਬਿਲਕੁਲ, ਅਤੇ ਮੈਂ ਵੀ ਕੁਛ ਨਹੀਂ ਸੀ ਖਾਧਾ, ਹੈਰੀ ਕਹਿੰਦਾ ਮੇਰੇ ਕੋਲ ਤਾਂ ਉੱਥੇ ਸ਼ਹਿਰ ਜਾ ਕੇ ਕੁਛ ਖਾਵਾਂਗੇ ਆਪਾਂ। ਫੋਨ ਲੈਣ ਤੋਂ ਬਾਅਦ ਉਰੇ ਸਾਨੂੰ ਫੋਨ ਮਿਲਿਆ 2 ਘੰਟਿਆਂ 'ਚ, 2 ਘੰਟੇ ਅਸੀਂ ਇੰਨੀਆਂ ਦੁਕਾਨਾਂ 'ਤੇ ਫਿਰੇ ਨਾ, ਜਿਹੜਾ ਮਾਡਲ ਹੈਰੀ ਦੇ ਪਸੰਦ ਸੀ ਉਹ ਮਾਡਲ ਦੇ ਵਿੱਚ ਕਦੇ ਕਲਰ ਠੀਕ ਨਾ ਮਿਲੇ, ਜਿਹੜਾ ਹੈਰੀ ਨੇ ਰੰਗ ਲੈਣਾ ਸੀ ਕਦੇ ਉਹ ਨਾ ਮਿਲੇ, ਜਾਂ ਫਿਰ ਕਦੇ ਜਿਹੜੀ ਉਹਦੀ ਰੈਮ ਘੱਟ ਹੁੰਦੀ ਸੀ ਸਟੋਰੇਜ ਜ਼ਿਆਦਾ ਹੁੰਦੀ ਸੀ, ਕਦੇ ਰੈਮ ਜ਼ਿਆਦਾ ਹੁੰਦੀ ਸੀ ਸਟੋਰੇਜ ਘੱਟ ਹੁੰਦੀ ਸੀ, ਬਹੁਤ ਜ਼ਿਆਦਾ ਅਪ ਡਾਊਨ ਸੀ ਸਾਰੇ ਮਾਡਲਾਂ 'ਚ, ਜਿਹੜਾ ਮਾਡਲ ਇਹਦੇ ਸਪੈਸ਼ਲੀ ਪਸੰਦ ਸੀ। ਫਿਰ ਗਾਹਾਂ ਜਾ ਕੇ ਸਾਡੀ ਐਪ ਥੋੜ੍ਹੀ ਜਿਹੀ ਉਹ ਹੋ ਗਈ, ਬਹਿਸ ਹੋ ਗਈ, ਬਹਿਸ ਨਹੀਂ ਕਹਿ ਸਕਦੇ ਜਾਣ ਕੇ, ਥੋੜ੍ਹੀ ਸਾਡੀ ਉਹ ਹੋ ਗਈ, ਸਾਡੀ ਡਿਬੇਟ ਹੋ ਗਈ ਮੇਰੀ ਅਤੇ ਹੈਰੀ ਦੀ, ਮੇਰੇ ਹੋਰ ਮਾਡਲ ਪਸੰਦ ਆ ਗਿਆ, ਹੈਰੀ ਦੇ ਹੋਰ ਮਾਡਲ ਪਸੰਦ ਆ ਗਿਆ, ਜਿਹੜਾ ਮਾਡਲ ਹੈਰੀ ਦੇ ਪਸੰਦ ਸੀ ਉਹ ਵੀ ਪਹਿਲਾਂ ਮੇਰੇ ਪਸੰਦ ਸੀ,
ਘਰੋਂ ਤੁਰਨ ਦੇ ਵੇਲੇ ਰਾਤ ਨੂੰ ਅਸੀਂ ਦੋ ਦਿਨ ਪਹਿਲਾਂ ਦੇਖਦੇ ਰਹੇ ਹਾਂ ਵੀ ਹਾਂ ਇਹ ਬੜਾ ਫਾਈਨਲ ਕਰਦੇ, ਬਸ ਇਹੀ ਜਾਣ ਸਰ ਆਪਾਂ ਇਹੀ ਲੈਣਾ ਆਪਾਂ, ਵੀ ਯਾਨੀ ਕਿ ਕਨਫਿਊਜ਼ ਨਹੀਂ ਹੋਣਾ ਕਿਸੇ ਹੋਰ ਮਾਡਲ ਦੇ ਵਿੱਚ, ਗਾਹਾਂ ਆ ਕੇ ਫਿਰ ਹੀ ਕਨਫਿਊਜ਼ ਹੋ ਗਿਆ। ਮੈਂ ਤਾਂ ਕਲੀਅਰ ਸੀ, ਮੈਂ ਕਿਹਾ ਹੈਰੀ ਜਿਹੜਾ ਘਰੋਂ ਸੋਚਿਆ ਸੀ ਉਹ ਛੱਡ ਆਹ ਲੈ ਲਾ, ਕਿਉਂਕਿ ਉਹਦੇ 'ਚ ਇੱਕ ਬੈਨੀਫਿਟ ਸੀ, ਉਹਦੇ 'ਚ ਇਹੋ ਜਿਹਾ ਕਿਹੜਾ ਬੈਨੀਫਿਟ ਸੀ ਜਿਹਦੇ ਕਰਕੇ ਮੇਰਾ ਮਨ ਬਦਲ ਗਿਆ ਸੀ ਇੱਥੇ ਆ ਕੇ, ਵੀ ਜਿਹੜਾ ਘਰੋਂ ਸੋਚਿਆ ਸੀ ਉਹ ਨਹੀਂ ਲੈਣਾ ਹੈਗਾ, ਇੱਥੇ ਆ ਕੇ ਜਿਹੜਾ ਮਨ ਬਦਲਿਆ ਸੀ ਉਹਦਾ ਤੁਹਾਨੂੰ ਰੀਜ਼ਨ ਦੱਸਾਂਗੇ ਵੀ ਕੀ ਰੀਜ਼ਨ ਸੀ ਉਹਦਾ ਮਨ ਬਦਲਣ ਦਾ। ਪਰ ਹੈਰੀ ਡਟਿਆ ਰਿਹਾ, ਕਹਿੰਦਾ ਨਹੀਂ, ਕਹਿੰਦਾ ਚਾਹੇ ਉਹਦੇ 'ਚ ਉਹ ਵਾਲਾ ਬੈਨੀਫਿਟ ਹੈਗਾ ਹੀ ਆ, ਕਹਿੰਦਾ ਪਰ ਮੈਂ ਉਹੀ ਲੈਣਾ ਜਿਹੜਾ ਮੈਂ ਘਰੋਂ ਮੱਥ ਕੇ ਆਇਆਗਾ, ਕਿਉਂਕਿ ਹੈਰੀ ਦੇ ਉਹ ਬਹੁਤ ਪਸੰਦ ਸੀ ਉਹ ਸੈੱਟ, ਸੋਹਣਾ ਵੀ ਆ, ਬਹੁਤ ਜ਼ਿਆਦਾ ਸੋਹਣਾ ਸੈੱਟ ਆ ਜਿਹੜਾ ਹੈਰੀ ਨੇ ਲਿੱਤਾ ਹੈਗਾ, ਤੁਹਾਨੂੰ ਜ਼ਰੂਰ ਦਿਖਾਵਾਂਗੇ, ਅਨਬੋਕਸਿੰਗ ਵੀਡੀਓ ਆਊਗੀ ਮੋਬਾਈਲ ਦੀ, ਇਹਦੀ ਆਪਾਂ ਉਹ ਵਾਲੀ ਵੀਡੀਓ 'ਚ ਦਿਖਾਵਾਂਗੇ। ਅਤੇ ਹੁਣ ਅਸੀਂ ਬੈਠੇ ਬਸ ਸਲਾਹ ਕਰਦੇ ਹਾਂ, ਗੱਲਾਂ ਬਾਤਾਂ ਕਰਦੇ ਸੀ, ਵਿਹਲੀ ਸੀ ਆ ਵੀ ਇਵੇਂ 'ਚ ਬੈਠਾ ਸੀ, ਕੀ ਕਰਦਾ ਓਏ। ਅਤੇ ਹੁਣ ਬਸ ਅਸੀਂ ਸਲਾਹ ਕਰਦੇ ਹਾਂ ਬੈਠੇ ਵੀ ਖਾਣਾ ਕੀ ਆ, ਅਸੀਂ ਘਰੋਂ ਯਾਰ ਸੋਚ ਕੇ ਆਏ ਸੀ ਵੀ ਆਪਾਂ ਆਹ ਜਿਹੜਾ ਸਾਹਮਣੇ ਦੇਖੋ ਮੁਲਤਾਨੀ ਆ, ਆਪਣੇ ਕਿ ਮੁਲਤਾਨੀ ਰੈਸਟੋਰੈਂਟ ਜਾਗਾ ਛੋਟਾ ਇੱਕ ਮਰੇ ਕੋਲ ਲਿਆ, ਉਰੇ ਬਹੁਤ ਜ਼ਿਆਦਾ ਟਾਈਮ ਦਾ ਹੈਗਾ, ਫੇਮਸ ਆ ਪੂਰਾ ਵਧੀਆ ਮੁਲਤਾਨੀ, ਉਰੇ ਅਸੀਂ ਸੋਚਿਆ ਸੀ ਘਰੋਂ ਵੀ 12 ਵਜੇ ਤੋਂ ਪਹਿਲਾਂ ਮਰੇ ਕੋਲ ਜਾਵਾਂਗੇ, ਫੋਨ ਲੈ ਲਵਾਂਗੇ ਅਤੇ ਜਾ ਕੇ ਆਲੂ ਵਾਲੇ ਪਰੌਂਠੇ ਖਾਵਾਂਗੇ ਮੱਖਣੀ ਨਾਲ ਦਹੀਂ ਨਾਲ, ਹੈ ਨਾ, ਬਹੁਤ ਘੈਂਟ ਹੁੰਦੇ ਨੇ ਇਹਦੇ, ਵੱਡਾ ਵੱਡਾ ਪਰੌਂਠਾ ਹੁੰਦਾ ਹੈਗਾ, ਪਨੀਰ ਵਾਲੇ ਪਰੌਂਠੇ ਵੀ ਹੁੰਦੇ ਨੇ। ਅਤੇ ਗਾਹਾਂ ਕੇ ਸਾਨੂੰ ਟਾਈਮ ਇੰਨਾ ਲੱਗ ਗਿਆ, ਹੈਰੀ ਕਹਿੰਦਾ ਪਹਿਲਾਂ ਮੋਬਾਈਲ ਲੈਣਾ ਹੈਗਾ, ਖਾਣਾ ਕੁਛ ਨਹੀਂ ਹੈਗਾ ਪਹਿਲਾਂ। ਅਤੇ ਹੈਰੀ ਨੇ ਫਿਰ ਜ਼ਿੱਦ ਕਰੀ, ਕਹਿੰਦਾ ਪਹਿਲਾਂ ਮੋਬਾਈਲ ਲੈਣਾ ਗਾ, ਫਿਰ ਇਹ ਕਹਿੰਦਾ ਫਿਰ ਇਹ ਪਾਰਟੀ ਕਰਾਂਗੇ ਆਪਾਂ ਮੋਬਾਈਲ ਲੈਣ ਤੋਂ ਬਾਅਦ। ਮੋਬਾਈਲ ਲੈ ਤਾਂ ਸਾਨੂੰ 2 ਘੰਟੇ ਲੱਗ ਗਏ ਤੁਹਾਨੂੰ ਦੱਸ ਕੇ ਹਟਿਆ ਮੈਂ, ਜਦ ਤੱਕ ਆਹ ਬੰਦ ਹੋ ਗਏ, ਕੀ ਹੁੰਦਾ ਹੈਗਾ ਪਰੌਂਠੇ ਬੰਦ ਹੋ ਗਏ, 12 ਵਜੇ ਤੱਕ ਮਿਲਦੇ, 12 ਵਜੇ ਤੱਕ ਮਿਲਦੇ ਨੇ, ਫਿਰ ਉਦੋਂ ਬਾਅਦ ਰੋਟੀ ਮਿਲਣ ਲੱਗ ਜਾਂਦੀ ਆ। ਹੁਣ ਬਸ ਚੱਲ ਦਿਆਂ ਕਿਸੇ ਪਾਸੇ ਨੂੰ, ਅਤੇ ਉਹ ਮੁੰਡੇ ਨੇ ਆਉਣਾ ਇੱਕ ਨੇ ਹੈਰੀ, ਉਹਨਾਂ ਦਾ ਫਰੈਂਡ ਆ, ਬਸ ਉਹਨੂੰ ਮਿਲ ਕੇ ਅਤੇ ਫਿਰ ਆਪਾਂ ਚੱਲਦੇ ਹਾਂ, ਕੁਛ ਖਾਂਦੇ ਪੀਂਦੇ ਹਾਂ, ਫਿਰ ਅੱਗੇ ਵੀ ਜੁੜੇ ਰਹੋ ਬਲੌਗ ਦੇ ਨਾਲ, ਹੋਰ ਦੇਖਦੇ ਹਾਂ। ਅਸੀਂ ਆ ਕੇ ਬੈਠੇ ਹਾਂ ਹੁਣ ਜਿੱਥੇ ਸਾਡੀ ਕਾਰ ਖੜੀ ਆ, ਹੈ ਨਾ, ਉਹਦੇ ਥੋੜ੍ਹੇ ਜਿਹੇ ਲਾਗੇ, ਥੋੜ੍ਹੇ ਜਿਹੇ ਲਵੇ ਉਹਦੇ ਇੱਕ ਲਾਲ ਬਾਣੀ ਵਾਲੇ ਨੇ, ਅਤੇ ਉੱਥੇ ਬੈਠੇ ਹਾਂ ਅਸੀਂ ਆ ਕੇ, ਬੈਠੇ ਦੋ ਹਿੱਜ ਮੂਰੇ ਓਏ ਕੀ ਖਾਣਾ ਕੀ ਖਾਣਾ ਜੋ ਖਵਾ ਦੇਗਾ ਜੋ ਖਵਾ ਦੇਗਾ ਥੱਪੜ ਖਾਣੇ ਆ ਚਾਟੇ ਖਾਣੇ ਆ ਚਾਟੇ ਇਹਦਾ ਖਾ ਲੂ ਯਾਰੀ ਓਏ ਇਹਦਾ ਖਾ ਲੂ ਹੈ ਨਾ ਖਾ ਲੇਗਾ ਓਏ ਚਾਟੇ ਚਾਟੇ ਖਾ ਲੇਗਾ ਮਹਾਂ ਇੱਧਰ ਕੇ ਬੋਲਦਾ ਕਿਉਂ ਨਹੀਂ ਕਰਕੇ ਨੀ ਵੀ ਤੰਗਣ ਲੱਗ ਜੂ ਆਹੋ ਦੇਖਦੇ ਕੀ ਇਹਨਾਂ ਨੇ ਪੁੱਛਿਆ ਸੀ ਤੂੰ ਪਹਿਲਾਂ ਅਸੀਂ ਤੁਹਾਨੂੰ ਦੱਸ ਕੇ ਹਟਾਂ ਜਿਵੇਂ ਵੀ ਆਲੂ ਵਾਲੇ ਪਰੌਂਠੇ ਖਾਣੇ ਸੀ ਬੜੇ ਘੈਂਟ ਮਿਲਦੇ ਨੇ ਅਤੇ ਹੈਰੀ ਉਹ ਨਹੀਂ ਖਾਂਦੇ ਹੁੰਦੇ ਮੇਰੇ ਕੋਲ ਜ਼ਿਆਦਾ ਉਰੇ ਆ ਕੇ ਮੈਂ ਨਹੀਂ ਕਦੇ ਇੰਨੇ ਜ਼ਿਆਦਾ ਖਾਧੇ ਲੇਕਿਨ ਹੁਣ ਇਹਨਾਂ ਨੇ ਕਰਾਏ ਨੇ ਛੋਲੇ ਭਟੂਰੇ ਅਤੇ ਉਹਨਾਂ ਨਾਨ ਵਗੈਰਾ ਵੀ ਮਿਲਦੇ ਨੇ ਬਰਗਰ ਹੋ ਗਏ ਕਾਫੀ ਕੁਛ ਇਹਨਾਂ ਨੇ ਮਿਲਦਾ ਹੈਗਾ ਹੈ ਨਾ ਦਹੀਂ ਭੱਲੇ ਹੋ ਗਏ ਕਹਿੰਦਾ ਛੋਲੇ ਭਟੂਰੇ ਨਹੀਂ ਖਾਧੇ ਹੈਗੇ ਕਦੇ ਦੋਵੇਂ ਜਾਣੇ ਕਹਿੰਦੇ ਬਹੁਤ ਟਾਈਮ ਹੋ ਗਿਆ ਛੋਲੇ ਭਟੂਰੇ ਖਾਧੇ ਉਹਨੂੰ ਗਰਮੀਆਂ 'ਚ ਖਾਧੇ ਸੀ ਪਿਛਲੀ ਵਾਰ ਇਕੱਠਿਆਂ ਨੇ ਸੀ ਤਿੰਨ ਅਸੀਂ 4 ਜਣੇ ਸੀ ਬੁੱਢੇ ਇਕੱਠੇ ਸੀ ਇਹ ਵੀ 2 ਜਣੇ ਸੀ ਇੱਕ ਮੁੰਡਾ ਹੋਰ ਸੀ ਨਾਲ ਪੂਰੀ ਖਾਧੀ ਸੀ ਇੱਥੇ ਖਾਧੀ ਸੀ ਇਹ ਦੁਕਾਨ 'ਤੇ ਉਹ ਕਿਰਾਏ ਨੇ ਬਸ ਨੂੰ ਲੈ ਕੇ ਆਉਂਦਾ ਵੀ ਤਾਂ ਪਹਿਲੀਆਂ 'ਚ ਕਾਲਜ ਗਏ ਵੀ ਉਹ ਤੁਸੀਂ ਹੈਂ ਮਹੀਨਾ ਹੋ ਗਿਆ ਫਿਰ ਜਾਇਓ ਮਾਰਿਓ ਗੇੜਾ ਟੀਚਰ ਨਾ ਭੁੱਲ ਜਾਣ ਤੁਹਾਨੂੰ ਅੱਛਾ ਆ ਗਏ ਜੀ ਗਰਮ ਗਰਮ ਚੱਕ ਲਹਿਰੀ
ਕੋਈ ਨੀ ਹਾਏ ਹਾਏ ਅੱਛਿਆ ਅੱਜ ਤਾਂ ਵੱਡਾ ਕਹਿੰਦਾ ਅੱਜ ਇਹਨੂੰ ਫੋਨ ਮਿਲਿਆ ਹੋਇਆ ਨੀ ਕਹਿੰਦੇ ਸੀ ਅੱਜ ਤਾਂ ਕਹਿੰਦਾ ਕਹਿੰਦਾ ਚੱਕਰਾ ਤੋਂ ਵੱਡਾ ਹੋਇਆ ਨਹੀਂ ਆਪ ਭੱਜ ਕੇ ਚੱਕ ਲੈਂਦਾ ਸੀ ਚੱਕ ਬਈ ਨੰਨੀ ਦਾ ਉਹੀ ਕੰਮ ਚਾੜਦੀ ਸਨੈਪ ਮੁੰਡੇ ਨੇ ਕਿਹਦੋ ਪਾਏਗਾ ਫੋਨ ਕਿੱਥੇ ਤੇਰਾ ਮੰਮੀ ਵਾਲਾ ਚੱਕੀ ਫਿਰਦਾ ਖਾ ਕੇ ਉਹ ਬੜੇ ਵੀ ਠੰਡੇ ਹੋ ਜਾਂਦੇ ਓ ਹੋ ਰੱਖ ਦੇ ਫੋਨ ਹੁਣ ਇੱਕ ਇੱਕ ਹੋਰ ਤਰ ਗਿਆ ਬਾਈ ਉਹ ਦੋ ਮਿਲਦੇ ਹੁੰਦੇ ਨੇ ਇੱਕ ਚਾਹੇ ਪਲੇਟ ਇੱਕ ਪਲੇਟ ਚ ਅੱਛਾ ਘੈਂਟ ਨੇ ਸਵਾਦ ਨੀ ਯਾਰ ਹੈਨਾ ਹੈਰੀ ਗੱਡੀ ਚ ਨੀ ਰੱਖ ਗਿਆ ਦੇਖਦਾ ਕਹਿੰਦਾ ਨਾਲੀ ਚੱਕ ਗੱਡੀ ਚ ਨਿਕਲਣਾ ਉਹ ਖੜੀ ਗੱਡੀ ਉੱਥੇ ਕੀ ਕਰਨਾ ਖੋਲ ਕੇ ਹੈਰੀ ਮੇਰੇ ਲਵੇ ਆ ਕੋਈ ਨੀ ਮੈਂ ਚੱਲਦਾ ਘਰ ਨੂੰ ਮੈਂ ਚੱਲਦਾ ਠੀਕ ਆ ਆ ਕੀ ਕੀਤਾ ਸ਼ੀਸ਼ੇ ਤੇ ਨਹੀਂ ਆ ਕੀ ਕੀਤਾ ਸ਼ੀਸ਼ੇ ਤੇ ਆ ਸ਼ੀਸ਼ੇ ਤੇ ਕੀ ਕੀਤਾ ਤਾਂ ਦੱਸ ਦੇ ਜਿੱਧਰ ਵੀ ਆ ਗਿਆ ਇਹ ਬਹੁਤ ਚਲਾਕ ਆ ਓਏ ਛੋਟਾ ਜਿਹਾ ਮੈਂ ਦੋ ਦੋ ਭਟੂਰੇ ਖਾਏ ਆਏ ਅਸੀਂ ਭੁੱਖ ਜੀ ਤਾਂ ਨਹੀਂ ਭੁੱਖ ਮਿਟ ਗਈ ਰੋਟੀ ਚੰਗੀ ਤਰ੍ਹਾਂ ਨਹੀਂ ਸਹੀ ਗੱਲ ਆ ਤੇਲ ਜਿਹਾ ਖਾਸਾ ਹੁੰਦਾ ਹੈਗਾ ਹਾਂ ਜਲੇਬੀਆਂ ਹੁਣ ਇੱਕ ਮੁੰਡੇ ਕੋਲੇ ਜਾ ਕੇ ਆਉਣਾ ਕਹਿੰਦੇ ਨੇ ਹੈਰੀ ਹੁਣੇ ਕੋਲੇ ਉਹ ਆਇਆ ਨੀ ਹੈਗਾ ਉਹ ਕਹਿੰਦੇ ਮੈਨੂੰ ਟਾਈਮ ਲੱਗੂ ਥੋੜ੍ਹਾ ਜਿਹਾ ਆਏਗਾ ਕਹਿੰਦੇ ਆਪੇ ਹੀ ਚੱਲਦੇ ਹਾਂ ਉਹਦੇ ਕੋਲੇ ਤੇ ਉਹਦੇ ਕੋਲੇ ਚੱਲ ਕੇ ਫਿਰ ਚੱਲਦੇ ਹਾਂ ਪਿੰਡ ਨੂੰ ਦੇਖਦੇ ਹਾਂ ਜੇ ਕੁਛ ਹੋਰ ਖਰੀਦਣਾ ਹੋਇਆ ਘਰੇ ਫੋਨ ਕਰਦੇ ਹਾਂ ਵੀ ਜੇ ਕੁਛ ਚਾਹੀਦਾ ਤਾਂ ਦੱਸ ਦੋ ਹੁਣ ਆਏ ਹੋਏ ਹਾਂ ਲਿਆਉਣੇ ਆ ਅਸੀਂ ਬੈਠਦੇ ਕੁਛ ਟਾਈਮ ਕਰਦੇ ਹਾਂ ਗੱਲਾਂ ਬਾਤਾਂ ਉਹ ਹੋਰ ਲੈਣਾ ਹੁਣ ਦੇਖ ਲਾ ਹੁਣ ਤਾਂ ਨਹੀਂ ਕੁਛ ਮੰਗਦਾ ਉਹ ਦੁਕਾਨ ਆ ਜੀ ਜਿਹਦੇ ਵੀਵੋ ਲਿਖਿਆ ਹੋਇਆ ਉਹ ਨੀਚੇ ਉਹਦੇ ਜਿੱਥੋਂ ਮੋਬਾਈਲ ਲਿੱਤਾ ਹੈਗਾ ਆਪਾਂ ਗੋਲਡਨ ਫੇਰੀ ਦਾ ਗੋਲਡਨ ਵਾਲੇ ਹਾਂ ਟ੍ਰੈਫਿਕ ਬਹੁਤ ਹੋਇਆ ਹੋਇਆ ਹੈਗਾ ਪੁਲਿਸ ਵਾਲੇ ਧਰਨਾ ਲੱਗਿਆ ਹੋਇਆ ਉਹਦੇ ਕੀ ਚੱਕਰ ਆ ਇਹ ਟਰੈਕਟਰਾਂ ਨਾਲ ਮਾਰਦੇ ਆ ਕੱਢ ਰਹੇ ਨੇ ਮੋਦੀ ਦੇ ਉਹ ਚ ਅੱਛਾ ਓਕੇ ਜਿਹੜੇ ਰਸਤੇ ਦੇ ਟਰੈਕਟਰ ਦੇਖੇ ਸੀ ਆਪਾਂ ਜਿਹੜੇ ਰਸਤੇ ਦੇ ਟਰੈਕਟਰ ਦੇਖੇ ਸੀ ਆਪਾਂ ਉਹਨਾਂ ਨਾਲੇ ਧਾਰਨਾ ਕੱਢਦੇ ਨੇ ਉਰੇ ਤੇ ਉਹ ਜਿਹਨਾਂ ਨੇ ਮੂਹਰੇ ਟੰਗੀ ਨਹੀਂ ਸੀ ਹੋਈਆਂ ਕਿ ਝੰਡੀਆਂ ਟੰਗੀਆਂ ਹੋਈਆਂ ਸੀਆਂ ਉਹ ਵਾਲੇ ਨੇ ਸਾਰੇ ਉਹੀ ਨੇ ਨਾ ਟਰੈਕਟਰ ਨਾਲ ਮਾਰਚ ਕੱਢਦੇ ਨੇ ਕੀ ਕਰਦੇ ਨੇ ਰੈਲੀ ਕੱਢਦੇ ਅੱਛਾ ਰੈਲੀ ਕੱਢਦੇ ਨੇ ਓਕੇ ਪਿੱਛੇ ਪੁਲਿਸ ਕਿੰਨੀ ਸੀ ਨਾ ਦੇਖ ਲਾ
ਖੋਲੇ ਤਾਂ ਨਿਕਲੇ ਸ਼ਹਿਰ ਦੇ ਵਿੱਚੋਂ ਅਸੀਂ ਮੈਂ ਕਹਿੰਦਾ ਪਹਿਲੀ ਵਾਰ ਲੈਤੀ ਹੋਣਗੀ ਹਨਾ ਆਪਾਂ ਇਹ ਪੀਤੀ ਨੀ ਕਦੇ ਮੈਂ ਤਾਂ ਬਹੁਤ ਟਾਈਮ ਹੋ ਗਿਆ ਪੀਤੀ ਨੂੰ ਅੱਛਾ ਕੋਕੋ ਕੇ ਪੀਨੂੰ ਨਾ ਖੋਲ ਲਾ ਪੈਕਟ ਹੈਰੀ ਖੋਲ ਲਾ ਭਟੂਰਿਆਂ ਨਾਲ ਕਹਿੰਦੇ ਹਜੇ ਰੱਜ ਨੀ ਆਇਆ ਕਹਿੰਦੇ ਉਹਨੇ ਰੁਕ ਕੇ ਜਾਵਾਂਗੇ ਲੱਗੇ ਸਾਨੂੰ ਬੜੀ ਘੈਂਟ ਆ ਔਰ ਜਦੋਂ ਅਸੀਂ ਬਰੇਕ ਕੋਲੇ ਆਉਂਦੇ ਹੁੰਦੇ ਹਾਂ ਅਤੇ ਔਰ ਇੱਕ ਅੱਧੀ ਵਾਰ ਅਸੀਂ ਰੁਕ ਕੇ ਜਾਂਦੇ ਹੁੰਦੇ ਹਾਂ ਬਸ ਆਹੀ ਕੁਛ ਹੁੰਦਾ ਕਹਿਣ ਕਿ ਜਾਂ ਫਿਰ ਇੱਕ ਬੋਤਲ ਲੈ ਲੈਂਦੇ ਹੁੰਦੇ ਹਾਂ ਮੈਂ ਅੱਜ ਪਹਿਲੀ ਵਾਰ ਲਿੱਤੀ ਇਹ ਨਹੀਂ ਤਾਂ ਅਸੀਂ ਕੋਕ ਲੈਂਦੇ ਹੁੰਦੇ ਹਾਂ ਅਤੇ ਜਾਂ ਕੁਰਕਰੇ ਲੈਂਦੇ ਹੁੰਦੇ ਨਾਲ ਨੂੰ ਬਸ ਲੇਜ਼ ਕੁਰਕਰੇ ਖੁੱਲਿਆ ਤਾਂ ਨਹੀਂ ਹਜੇ ਤੱਕ ਕਿਹੜਾ ਚਲਾਉਣਾ ਮੰਮੀ ਵਾਲਾ ਅੱਛਾ ਇਹਨੂੰ ਇੱਧਰ ਰੱਖ ਫਿਰ ਆਪਣੀ ਗੱਡੀ ਉੱਥੇ ਹੀ ਖੜੀ ਤੁਹਾਨੂੰ ਦਿਖਾਉਣਾ ਹੈਰੀ ਨੂੰ ਅੱਜ ਵੀ ਲੱਗੀ ਪਈ ਆ ਵੀ ਕਦ ਘਰੇ ਜਾਈਏ ਕਦ ਫੋਨ ਖੋਲਾਂ ਮੈਂ ਆਪਦੇ ਆੜਾ ਹੈ ਮੈਨੂੰ ਜਦ ਮੈਂ ਵੀਡੀਓ ਬੰਦ ਕਰ ਦਾਂਗਾ ਮੈਨੂੰ ਦੋ ਤਿੰਨ ਵਾਰ ਕਹਿ ਚੁੱਕਿਆ ਕਹਿੰਦਾ ਚੱਲ ਹੁਣ ਖੋਲ ਲਈਏ ਫੋਨ ਪੂਰੀ ਖੋਲ ਲਾ ਕਹਿੰਦਾ ਇਹ ਰਹਾ ਨਹੀਂ ਜਾਤਾ ਤੜਪ ਹੀ ਐਸੀ ਹੈ ਨਾ ਮੈਂ ਨਹੀਂ ਕਰਿਆ ਕਿ ਹੋਣ ਲੱਗਿਆ ਆਪਾਂ ਫੋਨ ਨਾਲੇ ਸਾਨੂੰ ਤਾਂ ਪਹਿਲਾਂ ਫੋਨ ਦਿਖਾਉਣੇ ਆ ਕੀ ਚੱਕਰ ਪੈ ਗਿਆ ਪਹਿਲਾਂ ਵਾਲੇ ਫੋਨ ਨਾਲ ਯਾਰੀ ਟੁੱਟ ਗਈ ਉਹਦੇ ਨਾਲ ਕਿਉਂ ਅੱਧੋ ਵਿਚਾਲੇ ਹਟ ਗਿਆ ਅੱਧੋ ਵਿਚਾਲੇ ਕਿਉਂ ਹਟ ਗਿਆ ਉਹਦਾ ਪਾਲਣ ਪੋਸ਼ਣ ਨਹੀਂ ਕੀਤਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਨਾ ਸੀ ਫਿਰ ਉਹਦਾ ਚੰਗੀ ਤਰ੍ਹਾਂ ਇਹਦਾ ਕਰਾਂਗੇ ਹਰ ਵਾਰੀ ਕਹਿ ਦੂਗਾ ਲੈ ਕੇ ਐਨਾ ਨਹੀਂ ਹੋਏ ਉਹ ਪਿੱਛੇ ਦੇਖ ਲੱਗੀ ਲਿਖਿਆ ਹੋਏਗਾ ਸਮਝ ਗਿਆ ਸਮਝ ਗਿਆ ਹਾਂ ਸਮਝ ਗਏ ਦੋ ਤੁਸੀਂ ਕੀ ਲਿਖਿਆ ਹੋਇਆ ਪਿੱਛੇ ਉਹ ਹੈਰੀ ਟੂਨ ਲਾਉਣ ਲੱਗਿਆ ਦਿਖਾਈ ਹੈਰੀ ਇਹਦੀ ਪਿੱਠ ਹੈ ਨਹੀਂ ਤੇਰੇ ਵਰਗੇ ਕੁਰਸ ਚਾਹੀਏ ਤੈਨੂੰ ਤੈਨੂੰ ਵੀ ਹੈਗਾ ਆਹੋ ਮੈਨੂੰ ਵੀ ਤੇਰੇ ਵਰਗੀ ਕੁਰਸ ਚਾਹੀਏ ਲੈ ਇਹਦੇ ਵੀ ਨਹੀਂ ਹੈਗੀ ਇੱਥੇ ਘੜੇ ਸੀ ਜੀ ਬਰੇਕ ਕੋਲੇ ਤੋਂ ਜਦੋਂ ਆਪਾਂ ਬਰੇਕ ਕੋਲੇ ਤੋਂ ਖੰਨੇ ਰੋਡ ਪਤਾ ਹੋਣਾ ਕਈ ਨੂੰ ਤਾਂ ਉੱਥੇ ਰਸਤੇ 'ਚ ਆਉਂਦਾ ਗਾ ਹਰਿਆਲੀ ਜੂਸ ਓਕੇ ਚਲੋ ਵੀ ਬੈਠੋ ਨਹੀਂ ਪੱਤੇ ਪੁੱਤੇ ਰੋੜੀ ਬਹੁਣ ਗਏ ਲੱਗਦਾ ਉਹ ਉੱਥੇ ਬੈਠੇ ਸੀ ਅਸੀਂ ਫੋਨ ਉੱਥੇ ਪਿਆ ਗਾ ਹੋਰ ਪੈ ਗਿਆ ਸੀ ਉਹ ਵੀ ਡਰੀ ਜਾਂਦਾ ਇਹ ਥੋੜ੍ਹੀ ਛੱਡਾਂਗੇ ਥੋੜ੍ਹੇ ਪੈਸੇ ਲਾਏ ਨੇ
ਨੈਗੇਟਿਵ ਲਾਈਫ ਇੰਦਾ ਦੀ। ਪਹੁੰਚ ਗਏ ਜੀ ਅਸੀਂ ਘਰੇ ਤੇ ਸੁਖਮਨ ਨੂੰ ਉਤਾਰ ਆਏ ਸੀ ਉਹਦੇ ਘਰੇ ਛੱਡ ਆਏ ਸੀ ਤੇ ਹੁਣੇ ਹੁਣੇ ਪਹੁੰਚੇ ਹਾਂ। ਬਸ ਹੁਣ ਹੈਰੀਆ ਦਾ ਫੋਨ ਚੱਕ ਕੇ ਲੈ ਗਿਆ ਗਾ ਪਹਿਲਾਂ ਵਾਲਾ ਦਿਖਾਉਂਦੇ ਹਾਂ ਵੀ ਇਹ ਵਾਲੇ ਫੋਨ ਦਾ ਕੀ ਚੱਕਰ ਆ ਨਵਾਂ ਕਿਉਂ ਲਿੱਤਾ ਗਾ। ਤੇ ਸੁਸਤੀ ਜਿਹੀ ਪੈ ਗਈ ਆ ਸਾਨੂੰ ਜਾਣ ਕੇ ਵੀ ਨੀਂਦ ਜਿਹੀ ਆਉਣ ਲੱਗ ਗਈ। ਨੰਨੀ ਵੀ ਕਹਿੰਦਾ ਕਹਿੰਦਾ ਮੈਂ ਤਾਂ ਘਰੇ ਕੇ ਸੌਣਾ ਗਾ ਕੋਈ ਸਾਡੀ ਧੁੱਪ ਬਹੁਤ ਵਧੀਆ ਨਿਕਲੀ ਹੋਈ ਆ ਅੱਜ 11 ਵਜੇ ਦੀ ਧੁੱਪ ਨਿਕਲੀ ਹੋਈ ਆ ਨਹੀਂ ਅੱਗੇ ਧੁੰਦ ਰਹਿੰਦੀ ਆ ਜਾਂ ਬੱਦਲ ਵਾਜ ਰਹਿੰਦੀ ਆ ਪੂਰਾ ਵਧੀਆ ਮੌਸਮ ਅੱਜ ਗਰਮੀ ਵੀ ਕਾਫੀ ਹੋਈ ਕਾਰ ਦੇ ਵਿੱਚ ਸਾਨੂੰ ਯਾਰ ਅੱਜ ਤੇ ਬਸ ਘਰੇ ਆਉਣ ਸਾਰ ਹੈਰੀ ਨੇ ਨਵਾਬ ਦਾ ਪਹਿਲਾਂ ਨਾ ਫੋਨ ਚੱਕਿਆ ਸਾਨੂੰ ਦਿਖਾਉਣੇ ਆ ਇਹਦਾ ਕੀ ਚੱਕਰ ਸੀ ਤੇ ਹੁਣ ਨਹੀਂ ਬਟਨ ਨਹੀਂ ਸੀ ਕੰਮ ਕਰਦੇ ਹੁਣ ਨਹੀਂ ਹੈਗਾ ਰੀਅਲਮੀ ਦਾ ਸੀ ਫੋਨ ਤੇ ਹੈਗਾ ਸੀ ਰੀਅਲਮੀ C35 ਆਹ ਬੁਰਾ ਹਾਲ ਕੀਤਾ ਪਿਆ ਸੀ ਹੈਰੀ ਨੇ ਤਾਂ ਦੇਖੋ ਕਿਵੇਂ ਖਾਧਾ ਪਿਆ ਫੋਨ ਆਨ ਕਰੀ ਇਹਨੂੰ ਮਾੜਾ ਜਿਹਾ ਲੱਗਦਾ ਆਫ ਹੋ ਗਿਆ ਡਾਊਨ ਹੋ ਗਿਆ ਨਾ ਚੱਲਦਾ ਆ ਦੇ ਇੱਕ ਐਕਣ ਕਰੀ ਜਾਂਦਾ ਸੀ ਆ ਦੇਖੋ ਐਵੇਂ ਕਰੀ ਜਾਂਦਾ ਮਾਲਾ ਹੁਣ ਆਪਾਂ ਦਾ ਲੋਕ ਭਰਨਾ ਸੀ ਐਕਣ ਐ ਚਲਾਉਣਾ ਪੈਂਦਾ ਆਵਾਜ਼ ਉੱਡ ਗਈ ਸੀ ਓਏ ਆ ਦੇਖੋ ਐਵੇਂ ਕਰੀ ਜਾਂਦਾ ਹੈਗਾ ਇਹ ਬ੍ਰਾਈਟਨੈਸ ਫੁੱਲ ਹੈ ਦੀ ਫੁੱਲ ਨਾ ਨਾ ਕੱਟ ਕੀਤੀ ਹੈ ਫੁੱਲ ਕਰ ਲਾ ਤਾ ਬੰਦ ਹੋ ਜਾਂਦਾ ਆਹ ਵਾਲਾ ਫੋਨ ਸੀ ਹੈਰੀ ਦਾ ਇਹ ਐਵੇਂ ਕਰਨ ਲੱਗ ਗਿਆ ਅਜੇ ਸਾਈਡ ਚਲੋ ਦਿਖਾਇਆ ਵੀ ਜਾ ਕੇ ਇਹ ਦੁਕਾਨ 'ਤੇ ਹੈ ਨਾ ਅਜੇ ਰਿਪੇਅਰ ਸ਼ੋਪ 'ਤੇ ਰੁੜਕੀ ਅਤੇ ਉਹ ਕਹਿੰਦੇ ਵੀ ਪੱਕਾ ਕੋਈ ਫੋਲਟ ਪਤਾ ਨਹੀਂ ਕਹਿੰਦੇ ਅਤੇ ਅਸਲ 'ਚ ਇਹਦੀ ਨਾ 2-3 ਵਾਰ ਸਕਰੀਨ ਜਿਹੜੀ ਆਹ ਡਿਸਪਲੇ ਹੁੰਦੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਡਿਸਪਲੇ ਚੇਂਜ ਹੋਈ ਹੋਈ ਹੈ ਇਹਦੀ 2 ਵਾਰ ਚੇਂਜ ਹੋ ਗਈ ਪਤਾ ਅੰਦਰ ਦਿਨ ਇਹ ਭੰਨ ਲਈ ਪਤਾ ਨਹੀਂ ਕਿਵੇਂ ਇੱਕ ਵਾਰੀ ਤਾਂ ਚੱਲ ਪਹਿਲੀ ਵਾਰ ਤਾਂ ਚੇਂਜ ਕਰਾ ਦਿੱਤੀ ਦੂਸਰੀ ਵਾਰ ਫਿਰ ਇਹਦੇ ਚੱਲ ਵੀ ਸਾਡੇ 'ਚ ਬਹਿਸ ਹੋਈ ਉਦੋਂ ਵੀ ਫਿਰ ਮੰਮੀ ਵਾਲਾ ਉਦੋਂ ਬਹਿਸ ਹੋਈ ਚੱਲ ਵੀ ਤਾਂ ਦੁਬਾਰੇ ਭੰਨ ਲਈ ਚੱਲ ਦੁਬਾਰੇ ਸਕਰੀਨ ਪਾ ਲਈ ਮੈਨੂੰ ਲੱਗਦਾ ਵੀ ਜਿਹੜਾ ਆਹ ਡਿਸਪਲੇ ਦਾ ਆਹ ਚੀਜ਼ ਆਹ ਕਾਰਨ ਹੋ ਰਿਹਾ ਇੱਕ ਚੀਜ਼ ਸੱਚੋ ਆਹ ਦਿਖਾਉਣੀ ਰਹਿੰਦੀ ਆਹ ਦੇਖੋ ਸਾਈਡ ਤੋਂ ਖੁੱਲ੍ਹਿਆ ਜਿਹਾ ਹੋਇਆ ਗਾ ਇਹ ਤਾਂ ਮੈਨੂੰ ਲੱਗਦਾ ਅੱਜ ਇਹ ਖੁੱਲ੍ਹਿਆ ਗਾ ਇਹ ਜਦੋਂ ਦਿਖਾਉਣ ਗਿਆ ਸੀ ਵੀਰੇ ਨੂੰ ਹੈਨਾ ਜਿਹਦੇ ਰਿਪੇਅਰ ਕਰਾਈ ਸੀ ਇਹਨੇ ਡਿਸਪਲੇ ਚੇਂਜ ਕਰਾਈ ਸੀ ਆਪਾਂ ਉਹ ਦੱਸਦੇ ਨਹੀਂ ਦੁਕਾਨ ਵਾਲੀ ਦੱਸਦੇ ਵੀ ਕਿਹਦੋਂ ਕਰਵਾਈ ਸੀ ਅਤੇ ਉਹਨੂੰ ਦੱਸਿਆ ਉਹ ਕਹਿੰਦਾ ਫਿਰ ਡਿਸਪਲੇ ਚੇਂਜ ਦੁਬਾਰੇ ਕਰਾ ਲਾ ਜੇ ਕਰਾਉਣੀ ਹੈ ਕਹਿੰਦਾ ਉਦੋਂ ਬਾਅਦ ਜੇ ਇਹੀ ਚੀਜ਼ ਦੁਬਾਰੇ ਹੋਣ ਲੱਗ ਗਈ ਇਹਦੀ ਕੋਈ ਗਰੰਟੀ ਨਹੀਂ ਹੈਗੀ ਹੈ ਨਾ ਅਤੇ ਉਹ ਵੀ ਵੈਸੇ ਵੀ ਹੈਰੀ ਨੂੰ ਕਾਫੀ ਟਾਈਮ ਤੋਂ ਯੂਜ਼ ਕਰ ਰਿਹਾ ਸੀ ਮੈਂ ਵੀ 3 ਸਾਲ ਤੋਂ ਯੂਜ਼ ਕਰਦਾ ਸੀ ਹੈ ਨਾ ਤਿੰਨ ਚਾਰ ਸਾਲਾਂ ਤੋਂ ਯੂਜ਼ ਕਰਦਾ ਸੀ ਇਹ ਫੋਨ ਨੂੰ ਇਹ ਨਵਾਂ ਲਿੱਤਾ ਸੀ ਜਦੋਂ ਇਹ ਲਾਂਚ ਹੋਇਆ ਸੀ ਉਦੋਂ ਲਿੱਤਾ ਸੀ ਇਹਨੇ ਹੈਰੀ ਨੇ ਅਤੇ ਬਸ ਉਦੋਂ ਬਾਅਦ ਇਹ ਹਾਲ ਪੇਪਰ ਕੱਬੇ ਜਾਣ ਲੱਗ ਗਏ ਫਿਰ ਚਲੋ ਬਦਲਣਾ ਹੈਗਾ ਜੀ ਸੀ ਫੋਨ ਹੈਰੀ ਨੂੰ ਵੈਸੇ ਬਹੁਤ ਔਖਾ ਚਲਾਉਂਦਾ ਸੀ ਇਹ ਵਾਲੇ ਫੋਨ ਨੂੰ ਹੈਂਗ ਬਹੁਤ ਜ਼ਿਆਦਾ ਹੋਣ ਲੱਗ ਗਿਆ ਸੀ ਇਹ ਫੋਨ ਇਹ 4 GB ਰੈਮ ਆ ਅਤੇ ਕਿੰਨਾ ਸੀ 128 GB ਸੀ ਇਹ 4 GB ਰੈਮ ਸੀ ਇਹਦੀ 128 GB ਸੀ ਰੈਮ ਪੰਗਾ ਹਾਂ ਜਾਣ ਕੇ ਇਹਦੀ ਰੈਮ ਛੋਟੀ ਸੀ ਥੋੜ੍ਹੀ ਜਿਹੀ 4 GB ਦੀ ਰੈਮ ਸੀ ਅਤੇ ਜਿਹੜਾ ਹੁਣ ਫੋਨ ਲਿਆਂਦਾ ਹੈਗਾ ਅਸੀਂ ਉਹ ਪਿਆ ਗਾ ਪਿੱਛੇ ਅਤੇ ਉਹ ਵਾਲਾ ਵੀ ਤੁਹਾਨੂੰ ਦਿਖਾਵਾਂਗੇ ਉਹਦੀ ਅਨਬੋਕਸਿੰਗ ਕਰਾਂਗੇ ਹੁਣ ਆਪਾਂ ਅਤੇ ਬਸ ਹੁਣ ਤੁਹਾਨੂੰ ਦਿਖਾਉਣਾ ਸੀ ਆਹ ਪਹਿਲਾਂ ਵਾਲਾ ਫੋਨ ਹੈਰੀ ਦਾ ਅਤੇ ਫੋਨ ਅਸੀਂ ਲੈ ਆਏ
ਜਿਹੜਾ ਲੈਣਾ ਸੀ ਵਧੀਆ ਪੂਰਾ ਵਧੀਆ ਮਾਡਲ ਲਿੱਤਾ ਗਾ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਜਾਣੀ ਕਿ ਤੁਸੀਂ ਉਹਨੂੰ ਸਾਰੇ ਫੀਚਰ ਉਹਦੇ ਕੰਪੇਅਰ ਵੀ ਕਰਾਂਗੇ ਇਹ ਵਾਲੇ ਫੋਨ ਦੇ ਨਾਲ ਅਤੇ ਬਾਕੀ ਮੰਮੀ ਵਾਲੇ ਫੋਨ ਨਾਲ ਜਾਂ ਵਾਲੇ ਫੋਨ ਨਾਲ ਕੰਪੇਅਰ ਕਰਾਂਗੇ ਰੂਜ਼ੀ ਆ ਕੋਈ ਨਹੀਂ ਬੈਠੀ ਰਹਿੰਦੇ ਅਤੇ ਰੂਜ਼ੀ ਵੇਟ ਕਰਦੀ ਆ ਸਾਡਾ ਵੀ ਕਦ ਕਾਰ ਕਾ ਨਿਕਲਣਾ ਕਦ ਮੈਂ ਇਹਨਾਂ ਤੋਂ ਕੋਈ ਚੀਜ਼ ਹੀ ਮੰਗਾਂ ਉਹਨੂੰ ਐਂ ਲੱਗਦਾ ਹੁੰਦਾ ਵੀ ਇਹ ਬਾਹਰੋਂ ਆਏ ਨੇ ਕੋਈ ਨਾ ਕੋਈ ਚੀਜ਼ ਲੈ ਕੇ ਆਏ ਹੋਣਗੇ ਹੁਣ ਜਿਹੜੇ ਦੇ ਘਰੇ ਬਿਸਕੁਟ ਪਏ ਨੇ ਉਹੀ ਉਹਨੂੰ ਪਾ ਦੇਣੇ ਨੇ ਵੀ ਚੱਲ ਉਹਨੂੰ ਐਵੇਂ ਲੱਗੂਗਾ ਵੀ ਹਾਂ ਮੇਰੇ ਲਈ ਕੁਝ ਲੈ ਕੇ ਆਏ ਨੇ ਅਤੇ ਹੁਣ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਕਿਉਂਕਿ ਜੇ ਹੁਣ ਅਨਬੋਕਸਿੰਗ ਕਰਨ ਲੱਗ ਗਏ ਉਹਦੇ 'ਚ ਸਾਰੇ ਫੀਚਰ ਦੱਸਣ ਲੱਗ ਗਏ ਆਪਾਂ ਸਾਰਾ ਕੁਝ ਦਿਖਾਉਣ ਲੱਗੇ ਉਹਦਾ ਬਹੁਤ ਜ਼ਿਆਦਾ ਵੱਡੀ ਵੀਡੀਓ ਹੋ ਜਾਣੀ ਆ ਬਲੌਗ ਕਾਫੀ ਵੱਡਾ ਹੋ ਜਾਣਾ ਗਾ ਅਤੇ ਹੁਣ ਅਗਲੇ ਬਲੌਗ ਦੇ ਵਿੱਚ ਜ਼ਰੂਰ ਆਪਾਂ ਉਹਦੀ ਅਨਬੋਕਸਿੰਗ ਕਰਾਂਗੇ ਜ਼ਰੂਰ ਦੇਖਿਓ ਕਿਹੜਾ ਮਾਡਲ ਲਿਆਂਦਾ ਗਾ ਕਿਹੜਾ ਫੋਨ ਲਿਆਂਦਾ ਕਿੰਨੇ ਦਾ ਪਿਆ ਗਾ ਉਹ ਜਾਣੀ ਕਿ ਮੀਨਜ਼ ਕਿ ਕਿੰਨਾ ਉਹਦਾ ਪ੍ਰਾਈਜ਼ ਆ ਹੈ ਨਾ ਕੀ ਗਰੰਟੀ ਵਗੈਰਾ ਕੀ ਆ ਉਹ ਫੋਨ ਦੀ ਅਤੇ ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਜ਼ਰੂਰ ਵੇਟ ਕਰਿਓ ਬਸ ਅਗਲੀ ਵੀਡੀਓ ਆਈ ਲਓ ਹੁਣ ਸ਼ਾਇਦ ਅੱਜ ਹੀ ਬਣਾ ਦਈ ਅਨਬੋਕਸਿੰਗ ਵਾਲੀ ਵੀਡੀਓ ਕਿ ਹਜੇ ਤੋਂ ਵੇਟ ਨਹੀਂ ਹੋ ਰਹੀ ਹੈਗੀ ਵੀ ਫੋਨ ਕੱਲ੍ਹ ਤੱਕ ਜਾਂ ਪਰਸੋਂ ਤੱਕ ਭਰ ਰੱਖੀਏ ਦੇਖ ਓਕੇ ਠੀਕ ਹੈ ਜੀ ਬਾਏ ਮਿਲਦੇ ਹਾਂ ਹੁਣ ਅਸੁਦਾ ਅਗਲੇ ਵਲੌਗ 'ਚ ਜ਼ਰੂਰ ਦੇਖਿਓ ਠੀਕ ਹੈ ਵੀ ਕਿਹੜਾ ਫੋਨ ਲਿਆਂਦਾ ਗਾ ਕਿਹੜਾ ਮਾਡਲ ਆ ਅਤੇ ਕੰਪੇਅਰ ਜ਼ਰੂਰ ਕਰਾਂਗੇ ਆਪਾਂ ਇਹਦੇ ਨਾਲ ਉਹਦੇ ਨਾਲ ਓਕੇ ਜੀ। We'll be right back.